ਸ੍ਰੀਕਾਂਤਿਆਰੇ ਬੱਚਿਓ ਸਵਾਗਤ ਜ਼ਿੰਦਗੀ ਪ੍ਰੋਗਰਾਮਸ ਤੁਹਾਡਾ ਹਾਰਦਿਕ ਸਵਾਗਤ ਹੈ ਬੱਚਿਓ ਜਮਾਤ 3ਵੀਂ ਵਿਸ਼ਾ ਸਵਾਗਤ ਜ਼ਿੰਦਗੀ ਪਾਠ ਨੰਬਰ 8 ਆਓ ਸੜਕ ਤੇ ਤੁਰੀਏ ਵਿੱਚ ਆਪਾਂ ਟ੍ਰੈਫਿਕ ਚਿੰਨਾਵਾਰੇ ਪੜ ਚੁੱਕੇ ਹਾਂ ਬੱਚਿਓ ਟ੍ਰੈਫਿਕ ਚਿੰਨ ਉਹ ਹੁੰਦੇ ਹਨ ਜੋ ਸੜਕ ਦੇ ਕਿਨਾਰੇ ਲੱਗੇ ਹੁੰਦੇ ਹਨ ਇਹ ਚਿੰਨ ਪੈਦਲ ਚੱਲਣ ਵਾਲਿਆਂ ਅਤੇ ਵਹੀਕਲ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਦੇ ਲਈ ਲਗਾਏ ਜਾਂਦੇ ਹਨ ਬੱਚਿਓ ਅੱਜ ਆਪਾਂ ਪੜ੍ਹਾਂਗੇ ਕਿ ਸਾਨੂੰ ਸੜਕ 'ਤੇ ਕਿਹੜੇ ਹੱਥ ਤੁਰਨਾ ਚਾਹੀਦਾ ਹੈ ਪਿਆਰੇ ਬੱਚਿਓ ਸਾਨੂੰ ਸੜਕ 'ਤੇ ਹਮੇਸ਼ਾ ਖੱਬੇ ਹੱਥ ਚੱਲਣਾ ਚਾਹੀਦਾ ਹੈ ਅਸੀਂ ਪੈਦਲ ਚੱਲਣਾ ਹੋਵੇ ਜਾਂ ਫਿਰ ਕਿਸੇ ਵੀ ਵਾਹਨ ਸਾਈਕਲ ਮੋਟਰਸਾਈਕਲ ਸਕੂਟਰ ਗੱਡੀ ਆਦ ਕਿਸੇ ਵੀ ਵਾਹਨ ਵਿੱਚ ਹੋਈਏ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਆਪਣੇ ਖੱਬੇ ਹੱਥ ਹੀ ਚੱਲੋ ਬੱਚਿਓ ਜੇਕਰ ਕੋਈ ਵਿਅਕਤੀ ਜਾਣੇ ਅਣਜਾਣੇ ਵਿੱਚ ਸੜਕ ਦੇ ਵਿਚਕਾਰ ਚੱਲਦਾ ਹੈ ਜਾਂ ਵੋਲਟ ਪਾਸੇ ਚਲਦਾ ਹੈ ਤਾਂ ਅਜਿਹਾ ਕਰਨ ਨਾਲ ਹਾਸਾ ਬਾਪਰੰਦਾ ਡਰ ਹੁੰਦਾ ਹੈ ਵਿਅਕਤੀ ਗੰਭੀਰ ਰੋਪ ਵਿੱਚ ਜ਼ਖਮੀ ਵੀ ਹੋ ਸਕਦਾ ਹੈ ਉਸ ਦੇ ਜਿਆਦਾ 60 ਫੀਟ ਲੱਗ ਸਕਦੀ ਹੈ ਅਤੇ ਉਸ ਦੀ ਮੌਤ ਵੀ ਹੋ ਸਕਦੀ ਹੈ ਆਓ ਬੱਚਿਓ ਹੁਣ ਆਪਾਂ ਸੜਕ ਸੁਰੱਖਿਆ ਨਿਯਮਾਂ ਸੰਬੰਧੀ ਇੱਕ ਕਵਿਤਾ ਪੜ੍ਹਦੇ ਹਾਂ ਕਿਹੜੇ ਹੱਥ ਤੁਰੀਏ ਆਓ ਤੁਰੀਏ ਸ਼ਾਨ ਨਾਲ ਤੁਰੀ ਜ਼ਰਾ ਧਿਆਨ ਨਾਲ ਆਓ ਤੁਰੀ ਸ਼ਾਨ ਨਾਲ ਤੁਰੀ ਜ਼ਰਾ ਧਿਆਨ ਨਾਲ ਦੱਸੋ ਕੀ ਨਹੀਂ ਕਰਨਾ ਦੱਸੋ ਕੀ ਨਹੀਂ ਕਰਨਾ ਸੜਕ ਵਿਚਾਲੇ ਨਹੀਂ ਤੁਰਨਾ ਸੜਕ ਵਿਚਾਲੇ ਨਹੀਂ ਤੁਰਨਾ ਨਹੀਂ ਤਾਂ ਦੁੱਖ ਪਾਉ ਪਰਣਾ ਨਹੀਂ ਤਾਂ ਦੁੱਖ ਪਾਉ ਪਰਣਾ आओ शान नाल तुरीये जरा त्यान नाल आओ तुरीिए शान तुरीये जरा त्यान नाल दसो की है करना दसो की है करना खब्बे हाथ है चलना हाथ यूँ है टलना खब्बे हाथ है चलना हाथ इयों है टलना ਹਾਂਜੀ ਬੱਚਿਓ ਹੁਣ ਤੁਸੀਂ ਮੈਨੂੰ ਦੱਸੋ ਕਵਿਤਾ ਵਿੱਚ ਕੀ ਕਰਨ ਲਈ ਕਿਹਾ ਗਿਆ ਹੈ ਮੈਡਮ ਜੀ ਕਵਿਤਾ ਵਿੱਚ ਦੱਸਿਆ ਗਿਆ ਹੈ ਸਾਨੂੰ ਸੜਕ ਤੇ ਹਮੇਸ਼ਾ ਖੱਬੇ ਹੱਥ ਹੀ ਚੱਲਣਾ ਚਾਹੀਦਾ ਹੈ ਬਿਲਕੁਲ ਸਹੀ ਜਵਾਬ ਬੱਚਿਓ ਹੁਣ ਦੱਸੋ ਕਵਿਤਾ ਵਿੱਚ ਕੀ ਨਹੀਂ ਕਰਨ ਲਈ ਕਿਹਾ ਗਿਆ ਹੈ ਮੈਡਮ ਜੀ ਕਵਿਤਾ ਵਿੱਚ ਸਾਨੂੰ

प्रश्न नंबर दो सानू सड़क उत्ते केड़े हाथ तुरना चाहिए है प्रश्न नंबर तीन कविता विच की नहीं करने गया है ये प्रश्न भी याद करने अते लिखने हैं धन्यवाद